ਮੈਂ ਨਾ ਤੁਹਾਡੇ ਦਿਮਾਗ ਚ ਰਹਿਣਾ ਚਾਹੁੰਦਾ। ਹਾਉ ਰੋਮਾਂਟਿਕ, ਲੋਕ ਨਾ ਵੈਸੇ ਦਿਲ ਚ ਰਹਿੰਦੇ ਨੇ, ਤੁਸੀਂ ਦਿਮਾਗ ਚ ਰਹੋਗੇ। ਜਿੱਥੇ ਜ਼ਿਆਦਾ ਖਾਲੀ ਥਾਂ ਹੈ ਉੱਥੇ ਰਹਿਣਾ ਚਾਹੀਦਾ ਨਾ ਬੰਦੇ ਨੂੰ। ਤੁਹਾਡਾ ਮਤਲਬ ਹੈ ਮੇਰਾ ਦਿਮਾਗ ਖਾਲੀ ਹੈ? ਮੇਰਾ ਕੱਲੇ ਦਾ ਮਤਲਬ ਹੈ ਤੇ ਉਹਨਾਂ ਵੀ ਤਾੜੀਆਂ ਮਾਰੀਆਂ ਨੇ। ਅੱਜ ਦੀ ਔਰਤ ਨਾ ਮਰਦ ਨਾਲੋਂ ਜ਼ਿਆਦਾ ਸਿਆਣੀ ਹੁੰਦੀ ਹੈ ਤੇ ਕਿਸੇ ਗੱਲੋਂ ਵੀ ਘੱਟ ਨਹੀਂ ਹੁੰਦੀ, ਕਰੈਕਟ ਹੈ ਨਾ ਜੀ? ਕਿਹੜੀ ਸਿਆਣੇ ਵਿੱਚ ਨਚੀਕਾਂ ਕਢਾਤੀਆਂ ਲੋਕਾਂ ਦੀਆਂ? ਔਰਤ ਨਾ ਮਰਦ ਦੇ ਮੋਢੇ ਦੇ ਨਾਲ ਮੋਢਾ ਮਿਲਾ ਕੇ ਚੱਲ ਸਕਦੀ ਹੈ। ਇਹ ਮੋਢਾ ਵੈਸੇ ਹੀ 2 ਫੁੱਟ ਥੱਲੇ ਰਹਿ ਜਾਂਦਾ, ਜਿੰਨਾ ਮਰਜ਼ੀ ਉੱਪਰ ਹੋ ਜਾਓ। ਔਰ ਇਹ ਵੈਸੇ ਵੀ ਦੱਸਾਂ ਗੱਲ, ਕਿਸੇ ਨੇ ਐਵੇਂ ਝੂਠੀ ਬਣਾਈ ਹੈ, ਔਰਤ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਚਾਹੁੰਦੀ ਹੈ। ਭਾਜੀ ਉਧਰ ਮੇਲੇ 'ਚ ਮੇਰਾ ਇੱਕ ਔਰਤ ਦੇ ਮੋਢੇ ਨਾਲ ਮੋਢਾ ਜੁੜ ਗਿਆ, ਭਾਜੀ ਫੈਂਟੀ ਵਾਲਾ ਮਾਹੌਲ ਬਣ ਗਿਆ। ਉਹਦੇ 7 ਭਰਾਵਾਂ ਨੇ ਘੇਰ ਕੇ ਕੱਲਾ ਕੁੱਟਣਾ ਸੀ ਜੇ ਲੋਕੀ ਛਡਾਉਂਦੇ ਨਾ। ਤੇ ਇਹ ਗੱਲਾਂ ਬਣੀਆਂ, ਔਰਤ ਮੋਢੇ ਨਾਲ ਮੋਢਾ ਜੋੜਨਾ ਚਾਹੁੰਦੀ। ਚੋਪੜਾ ਸਾਹਿਬ ਜੋ ਮੇਰੇ ਨਾਲ ਕੀ ਦੱਸਾਂ ਤੁਹਾਨੂੰ ਮੈਂ, ਤੁਹਾਡਾ ਹਾਸਾ ਦੱਸਦਾ, ਤੁਹਾਡੇ ਨਾਲ ਵੀ ਕਿਤੇ ਹੋਈ। ਬੱਸ 'ਚ ਬੰਦਾ ਬੈਠਾ ਹੋਵੇ ਨਾ, ਬੰਦੇ ਨੂੰ ਨੀਂਦ ਆ ਜਾਏ ਕਿਤੇ, ਮੇਰੇ ਵਰਗੇ ਸ਼ਰੀਫ ਬੰਦੇ ਨੂੰ ਬੱਸ 'ਚ ਬੈਠੇ ਨੂੰ, ਤੇ ਮਾਸਾ ਜਿਹਾ ਸਿਰ ਕਿਤੇ ਜਨਾਨੀ ਦੇ ਮੋਢੇ ਨਾਲ ਜਾ ਲੱਗੇ, ਉਹ ਚੱਕ ਕੇ ਮਾਰਦੀ ਤੀਸਰੀ ਸੀਟ ਤੇ, ਨਾਲੇ ਗਾਲਾਂ ਕੱਢਦੀ, ਵੇਖ ਮਰ ਜਾਣੇ ਨੂੰ ਕਿੱਡੇ ਹੰਗਲਾਟ ਆਉਣ ਡਏ ਨੇ। ਐਡਾ ਨੀਂਦਰਾ ਚੜਿਆ ਸੀ ਤੇ ਘਰੇ ਮਰਨਾ ਸੀ, ਬੱਸ 'ਚ ਕੀ ਲੈਣ ਆਇਆ ਬੰਦੇ ਨੂੰ ਮੁੜ ਕੇ? 3 ਦਿਨ ਨੀਂਦ ਨੀ ਆਉਂਦੀ ਬਈ, ਨੀ ਕੁੱਤੇ ਖਾਣੀ ਬੱਸ 'ਚ। ਔਰ ਔਰਤ ਨੂੰ ਕਿਤੇ ਨੀਂਦ ਆ ਜਾਏ, ਮੇਰੇ ਵਰਗਾ ਬੰਦਾ ਲਾਗੇ ਬੈਠਾ ਹੋਵੇ ਨਾ, ਕਿਤੇ ਔਰਤ ਨੂੰ ਨੀਂਦ ਆ ਜਾਏ ਸਹੀ, ਮੋਢਾ ਸਿਰ ਤੇ ਰੱਖ ਲੈ ਸਹੀ। ਭਾਜੀ ਚੰਡੀਗੜ੍ਹ ਅੰਬਾਲੇ ਦੀ ਟਿਕਟ ਲਈ ਹੁੰਦੀ, ਬੰਦਾ ਦਿੱਲੀ ਤੱਕ ਟਿਕਟ ਹੀ ਵਧਾਈ ਜਾਂਦਾ। ਬੰਦੇ ਦਾ ਮੋਢਾ ਸੁੰਨ ਹੋ ਜਾਂਦਾ, ਬੰਦਾ ਉਹਨੂੰ ਉੱਠਣ ਨੂੰ ਨੀ ਕਹਿੰਦਾ। ਇੱਧਰ ਦੇ ਕੰਨ 'ਚ ਖੁਰਕ ਹੁੰਦੀ ਹੈ ਭਾਜੀ, ਇੱਧਰ ਖੁਰਕੀ ਜਾਂਦਾ ਅਗਲਾ, ਵੀ ਉਹ ਨਾਲ ਦੀ ਨਾ ਡਿਸਟਰਬ ਹੋ ਜਾਏ ਕਿਤੇ। ਦਿੱਲੀ ਜਾ ਕੇ ਫਿਰ ਐਡੀ ਉਤਰੀ ਹੁੰਦੀ ਦਿੱਲੀ ਜਾ ਕੇ, ਨੀ ਸੌਰੀ ਭਾਜੀ ਨੀਂਦ ਬੜੀ ਆਈ ਸੀ, ਪਤਾ ਹੀ ਨਹੀਂ ਲੱਗਾ। ਅਹੇ ਮਰੇ ਮੈਂ 243 ਕਿਲੋਮੀਟਰ ਹਿੱਲਿਆ ਨੀ, ਤੂੰ ਭਾਜੀ ਕਹਿ ਛੱਡਿਆ। ਮੋਢੇ ਨਾਲ ਮੋਢਾ ਮਤਲਬ ਔਰਤ ਮਰਦ ਦੀ ਹਰ ਖੇਤਰ ਵਿੱਚ ਨਾ ਬਰਾਬਰੀ ਕਰ ਸਕਦੀ ਹੈ। ਲਓ ਜੀ ਆ ਹੋਰ ਕੁਫਰ ਤੋਂ ਲੰਡੇ ਝੂਠ, ਕਹਿੰਦੇ ਔਰਤ ਮਰਦ ਦੇ ਹਰ ਖੇਤਰ ਦੇ ਵਿੱਚ ਮੁਕਾਬਲਾ ਕਰ ਸਕਦੀ, ਜੋ ਮਰਜ਼ੀ ਕਰ ਲਵੇ। ਭਾਜੀ ਸਹੁੰ ਖਾ ਕੇ ਦੱਸਿਓ, ਜੀਪ ਦੇ ਥੱਲੇ ਲੰਮੀ ਪੈ ਕੇ ਇੰਜਨ ਬਣ ਸਕਦੀ? ਜਿੰਨੀ ਮਰਜ਼ੀ ਔਰਤ ਤਰੱਕੀ ਕਰ ਜਾਏ। ਆ ਭਾਜੀ ਅੰਕਲ ਜੀ ਬੈਠੇ, ਇਹਨਾਂ ਨੂੰ ਪੁੱਛੋ, ਅੰਕਲ ਜੀ ਖੜੇ ਹੋ ਕੇ ਦੱਸਿਓ ਕਰੀ ਜਰਾ। ਔਰਤ ਜਿੰਨੀ ਮਰਜ਼ੀ ਤਰੱਕੀ ਕਰ ਜਾਏ, ਸਹੁੰ ਖਾ ਕੇ ਦੱਸਿਓ, ਮੋੜ ਤੇ ਖੜੀ ਹੋ ਕੇ ਮੁੱਛਾਂ ਨੂੰ ਵੱਟ ਦੇ ਸਕਦੀ ਹੈ? ਜਿੰਨੀ ਮਰਜ਼ੀ ਤਰੱਕੀ ਕਰ ਜੇ ਔਰਤ, ਭਾਜੀ ਕੁੱਕੜੀ ਆਂਡੇ ਦੇ ਸਕਦੀ, ਕੁੱਕੜ ਵਾਂਗੂ ਬਾਂਗ ਨਹੀਂ ਦੇ ਸਕਦੀ। ਅੱਛਾ, ਪਰ ਕੁੱਕੜ ਜਿੰਨੀਆਂ ਮਰਜ਼ੀਆਂ ਬਾਂਗਾਂ ਦੇ ਦੇਵੇ, ਬਾਂਗ ਦੀ ਨਾ ਭੁਰਜੀ ਨਹੀਂ ਬਣ ਸਕਦੀ। ਔਰਤ ਵੜ ਗਈ ਨਾ ਫਿਰ ਕਿਚਨ ਚ, ਗੱਲ ਫਿਰ ਭੁਰਜੀ ਦੀ ਕੀਤੀ, ਇੱਥੇ ਗੱਲ ਜੀਪ ਦੇ ਇੰਜਨ ਤੱਕ ਪਹੁੰਚੀ, ਤੁਸੀਂ ਭੁਰਜੀ ਚ ਫਸੇ। ਇਹ ਵੈਸੇ ਫੀਮੇਲ ਜੈਂਡਰ ਨਾ ਮੇਲ ਜੈਂਡਰ ਨੂੰ ਬਰਦਾਸ਼ਤ ਨਹੀਂ ਕਰਦਾ, ਮੈਂ ਹਿਸਾਬ ਲਾਇਆ। ਵੈਸੇ ਕਿਤੇ ਵਿਆਹ ਸ਼ਾਦੀ ਦੀ ਪਾਰਟੀ ਹੋਵੇ ਨਾ, ਸਵੇਰੇ ਲੋਕਾਂ ਨੇ ਦਵਾਈ ਦਿੱਤੀ ਹੁੰਦੀ, ਰਾਤੀ 2000 ਮੁਰਗਾ ਵੱਢਿਆ। ਮੁਰਗੇ ਨੇ ਕੀ ਵਿਗਾੜਿਆ, ਮੁਰਗੀਆਂ ਵੱਢੋ, ਜਦੋਂ ਵੱਢਣ ਦੀ ਵਾਰੀ ਆਉਂਦੀ ਉਦੋਂ ਮੁਰਗਾ ਅੱਗੇ ਆ ਜਾਂਦਾ। ਸ਼ਹਾਦਤ ਦਾ ਮੁਰਗੇ ਦਿੰਦੇ ਨੇ ਤੇ ਟੌਰ ਮੁਰਗੀਆਂ ਦੀ ਵੀ ਭੁਰਜੀ ਬਣਦੀ ਹੈ। ਹਰ ਘਰ ਦੇ ਬਾਹਰ ਲਿਖਿਆ ਹੁੰਦਾ ਬੀ ਵੇਅਰ ਆਫ ਡੌਗ, ਕੁੱਤੇ ਤੋਂ ਬਚੋ। ਅੱਛਾ, ਕੁੱਤੀਆਂ ਸ਼ਾਕਾਹਾਰੀ ਹੁੰਦੀਆਂ? ਇੱਕ ਮਿੰਟ ਜੀ, ਆ ਦੱਸੋ, ਮਰਦ ਔਰਤ ਵਾਂਗੂ ਇੱਕ ਹੱਥ ਵਿੱਚ ਬੱਚਾ ਚੁੱਕ ਕੇ ਦੂਜੇ ਹੱਥ ਨਾਲ ਆਟਾ ਗੁੰਨ ਸਕਦਾ? ਮਰਦ ਇਹ ਕਹਿ ਸਕਦਾ ਕਿ ਜੀ ਅੱਜ ਮੇਰਾ ਖੱਟਾ ਖਾਣ ਨੂੰ ਜੀ ਕਰਦਾ, ਐਵੇਂ ਮੇਰਾ ਜੀ ਖੱਟਾ ਖੱਟਾ ਕਰਨ ਦੇ, ਇਦਾਂ ਦੀ ਗੱਲਾਂ ਕਰਕੇ ਤੁਸੀਂ? ਮਰਦ ਲਗਾਤਾਰ 8 ਘੰਟਿਆਂ ਗੱਲ ਕਰ ਸਕਦਾ? ਮਰਦ ਦਾ ਦਿਮਾਗ ਖਰਾਬ ਹੈ, ਉਹ ਚੰਗੀ ਗੱਲ 1 ਮਿੰਟ ਚ ਕਹਿ ਦਿੰਦਾ, ਮੈਂ ਕੀ ਕਹਿਣਾ। ਜਨਾਨੀ ਨੂੰ 8 ਘੰਟੇ ਨੀ ਪਤਾ ਲੱਗਦਾ ਕਹਿਣਾ ਕੀ ਚਾਹੁੰਦੀ ਹੈ।